ਨਹੀਂ ਅੱਛੀ ਗੱਲ ਹੈ, ਲੱਗਣੀ ਵੀ ਚਾਹੀਦੀ ਸੀ ਔਰ ਬਹੁਤ ਚਿਰ ਪਹਿਲਾਂ ਲੱਗਣੀ ਚਾਹੀਦੀ ਸੀਗੀ, ਬਟ ਹੁਣ ਲਗਾਈ, ਅੱਛਾ ਕਦਮ ਚੁੱਕਿਆ ਉਹਨਾਂ ਨੇ, ਵਧੀਆ ਗੱਲ ਕੀਤੀ। ਬਟ ਇਹ ਹੈ ਕਿ ਬੱਸ ਸਟੈਂਡ ਜਾਂ ਜਿੱਥੇ ਵੀ ਯਾਤਰੂ ਉਤਰਦਾ ਜਾਂ ਯਾਤਰੂ ਨਿਕਲਦਾ ਉੱਥੇ ਵੀ ਲੱਗਣੀ ਚਾਹੀਦੀ ਹੈ, ਤਾਂ ਕਿ ਸਮਗਲਿੰਗ ਨੂੰ ਜਾਂ ਕੋਈ ਐਸਾ ਨਸ਼ੀਲਾ ਪਦਾਰਥ ਜਾਂ ਕੋਈ ਹਥਿਆਰਬੰਦ ਲੋਕ ਜਿਹੜੇ ਲੈ ਕੇ ਇੱਧਰ ਉੱਧਰ ਜਾਂਦੇ ਨੇ ਉਹਨਾਂ ਦੇ ਠੱਲ ਪਾਈ ਜਾ ਸਕੇ। ਕੀ ਲੱਗਦਾ ਇਹਦੇ ਨਾਲ ਠੱਲ ਪਏਗੀ, ਮਤਲਬ ਚੈਕਿੰਗ ਜੇ ਕਰਨਗੇ ਪ੍ਰੋਪਰ? ਉਹਦੇ ਨਾਲ ਪੁਲਿਸ ਵਿਭਾਗ ਵੀ ਜਾਂ ਜਿਹੜੇ ਉਹਦੇ ਨਾਲ ਜਿਹੜੇ ਤੁਸੀਂ ਆਪਣੇ ਲਗਾਉਣੇ, ਜਿਹੜੇ ਤੁਸੀਂ ਪੁਲਿਸ ਡਿਪਾਰਟਮੈਂਟ ਜਿਹੜਾ ਲਗਾਉਣਾ ਆ, ਉਹਨਾਂ ਨੂੰ ਵੀ ਧਿਆਨ ਦੇਣਾ ਪਏਗਾ ਨਾ। ਖਾਲੀ ਮਸ਼ੀਨ 'ਤੇ ਡਿਪੈਂਡ ਥੋੜ੍ਹੀ ਰਹਿ ਸਕਦੇ, ਮਸ਼ੀਨ 'ਤੇ ਆਪਣਾ ਕੰਮ ਕਰੇਗੀ, ਠੀਕ ਹੈ, ਉਹਨਾਂ ਨੂੰ ਵੀ ਆਪਣਾ ਸਹਿਯੋਗ ਜਿਹੜਾ ਨਾਲ ਦੇਣਾ ਚਾਹੀਦਾ। ਇਹ ਐਕਚੁਲੀ ਸਾਨੂੰ ਹੈਂਡਓਵਰ ਨਹੀਂ ਹੋਈ, ਇੱਕ ਦੋ ਦਿਨ 'ਚ ਹੈਂਡਓਵਰ ਕਰ ਦੇਣਗੇ, ਉਹਦਾ ਤੁਸੀਂ ਆਰ ਪੀ ਐਫ ਸਟਾਫ ਨੂੰ ਇਹਦੀ ਟ੍ਰੇਨਿੰਗ ਦਵਾਂਗੇ, ਪੋਜ਼ੀਟਿਵਲੀ ਉਹ ਕੱਲ੍ਹ ਆ ਰਹੇ ਨੇ। ਇਹ ਲਾਗਤ, ਕਿਉਂਕਿ ਇਹ ਫਿਰੋਜ਼ਪੁਰ ਦੇ ਕੰਟੈਕਟ ਹੁੰਦੇ, ਇਹਦੀ ਲਾਗਤ ਦਾ ਸਾਡੇ ਕੋਲ ਕੋਈ ਐਸਟੀਮੇਟ ਕੁਛ ਨਹੀਂ ਹੁੰਦਾ। ਇਹ ਬਹੁਤ ਵਧੀਆ ਕੀਤਾ ਰੇਲਵੇ ਵਿਭਾਗ ਨੇ ਵੀ ਜਿਹੜੀ ਇਹ ਐਕਸਰੇ ਮਸ਼ੀਨ ਲਾਈ ਹੈ, ਇਹ ਹੋਣੀ ਵੀ ਚਾਹੀਦੀ ਸੀ। ਪਹਿਲੇ ਇਹ ਮਸ਼ੀਨ ਏਅਰਪੋਰਟ 'ਤੇ ਮਿਲਦੀ ਸੀ, ਔਰ ਅਸੀਂ ਵੀ ਇੱਕ ਯਾਤਰੀ ਹਾਂ, ਯਾਤਰੀ ਤੌਰ ਦੇ ਉੱਤੇ ਇਹ ਸਮਾਨ ਦੇਖਿਆ ਜਾਂਦਾ, ਕੋਈ ਵਿਅਕਤੀ ਕੋਈ ਹਥਿਆਰ ਲੈ ਕੇ ਜਾਂ ਕੋਈ ਨਸ਼ੀਲਾ ਚੀਜ਼ ਲੈ ਕੇ ਜਾ ਰਿਹਾ ਉਹ ਫੜਿਆ ਜਾਏਗਾ। ਔਰ ਇੱਦਾਂ ਦੀ ਮਸ਼ੀਨ ਬੱਸ ਸਟੈਂਡ 'ਤੇ ਵੀ ਚਾਹੀਦੀ ਹੈ, ਤਾਂ ਜੋ ਲੋਕਾਂ ਦੇ ਸੁਰੱਖਿਆ ਜਿਹੜੀ ਉਹ ਬਿਲਕੁਲ ਸਹੀ ਮਿਲ ਸਕੇ। ਔਰ ਇਹ ਬਹੁਤ ਹੀ ਵਧੀਆ ਹੋਇਆ ਔਰ ਹੋਣਾ ਚਾਹੀਦਾ ਸ਼ਹਿਰ ਦੇ ਵਿੱਚ, ਔਰ ਇਹ ਪਹਿਲੀ ਮਸ਼ੀਨ ਲੱਗੀ ਆ ਪੂਰੇ ਪਠਾਨਕੋਟ ਜ਼ਿਲ੍ਹੇ ਦੇ ਵਿੱਚ, ਅਤੇ ਬਹੁਤ ਵਧੀਆ ਹੋਇਆ।